हाँ जी दोस्तों, आज कुछ गड्डिया निकल के गई, कोई वी आई पी गड्डिया गई ने जो हूटर मार दया गई ने। बेड़े लोग ने जिड़े एक पास तो असं कहने वी आई पी कल्चर ही असी खत्म करता, दूजे पास गड्डिया ने जो हूटर मार दया जा। प्लीज़ भाई ये चीज़ों का जरूर ध्यान रखो, एवं इतने लोगों को डिस्टर्ब करी जाते हूटर मार पड़ा गड्डी पिछे होर आ रही मेरी। आ देखो आ बहुत कला, इन्ना क तत्ता बंदा चल रहा ना, इन्ना क बंदा तत्ता चल रहा। आ दिखाव पिछे तुम हले आ गड्डी नाल भाई, आ देखो गड्डिया तो आ वाली जी, ये पता नहीं कि पार्टी होना मैं नहीं पता, बट जो चीज़ा कर रहे हैं हूटर मार मार निकल रहे हैं ये बहुत गलत गल आ। जे तुसी पंजाबी मतलब तुसी सरकार दी नूं रैप्रजेंट कर रहे हो, पंजाब सरकार नूं कर रहे हो, प्लीज़ भाई आ चीज़ा होनी नहीं चाहिए। कमाल है यार भी तुसी इन्ना लोगों को कर रहे हो हूटर मार मार के निकल रहे हो, चाहे कोई बंदा घबर के डिप्पे, गड्डियां इन्नियां तेज भी थले कोई आ गया तो मतलब कहने की गल ही कोई बच भी। हाँ जी लो जी, अज आप है जी होंडा शोरूम जलंधर से गड्डी की सर्विस करवा आए थे। बाई हुणी नाल आ रजत भाजी, भाजी की हाल चाल? वधिया भाजी, गुड। ठीक ठाक हो? बिल्कुल ठीक। तो इधर साढ़े नाल बाई हुणी बैठे आ अपने जिहड़े इत्थे साडी सर्विस देख रहे भाई, की ना तुहाडा? अमित। अमित ते भाई जी अपना की बिल बुल बनाया तुसीं सर्विस दा, माड़ा मोटा दस्सो किहड़ी किहड़ी चीज़ उस च पैण वाली आ? कार दा डी हैगी है, इहदे इंजन ऑयल चेंज होना है जी, एक ऑयल फिल्टर है जी, एक होएगी जी वॉशर। ਅਤੇ ਟੋਟਲ ਖਰਚਾ ਤੁਹਾਡਾ ਜਿਹੜਾ ਬੰਦਾ ਡਿਸਕਾਊਂਟ ਕਰਕੇ ਅਰਾਊਂਡ 4800 ਰੁਪਏ ਬਣ ਗਿਆ। 4800? ਹਾਂਜੀ। ਲੇਬਰ 'ਚ ਡਿਸਕਾਊਂਟ ਕਿੰਨਾ ਕਰਤਾ? 15% 15% ਉਹਦਾ। ਵੈਸੇ ਅਸੀਂ ਨਾ ਪਹਿਲਾਂ ਜਦੋਂ ਵੀ ਇੱਥੇ ਆਉਂਦੇ ਸੀਗੇ ਅਸੀਂ ਇਹਨਾਂ ਨੂੰ ਕਦੇ ਤੰਗ ਨਹੀਂ ਕੀਤਾ ਸੀ, ਅਤੇ ਇੱਥੇ ਨਾ ਉੱਪਰ ਇੱਕ ਫੈਸਿਲਿਟੀ ਲਿਖੀ ਹੋਈ ਆ ਵੀ ਜਿਹੜੇ ਵੀ ਤੁਹਾਡੇ ਮਤਲਬ ਕਸਟਮਰ ਆਉਂਦੇ ਆ ਉਹਨਾਂ ਨੂੰ ਇਹਨਾਂ ਨੇ ਲੰਚ ਵੀ ਕਰਾਉਣਾ ਹੁੰਦਾ, ਅਤੇ ਆ ਕੌਫੀ ਪੜਾਤੀ ਆ, ਕੌਫੀ ਤਾਂ ਅਸੀਂ ਵੀਡੀਓ ਬਣਾਈ ਨਹੀਂ, ਅਤੇ ਹੁਣ ਅਸੀਂ ਬਾਈ ਨੂੰ ਆਰਡਰ ਕਰਤਾ ਵੀ ਅਸੀਂ ਲੰਚ ਵੀ ਅੱਜ ਬਾਈ ਉਹਨਾਂ ਕੋਲ ਕਰਕੇ ਜਾਣਾ, ਜਦੋਂ ਪੈਸੇ ਪੂਰੇ ਦੇਣੇ ਆ ਤਾਂ ਫਿਰ ਵਸੂਲੀਏ। ਕਿਉਂ ਭਾਜੀ? ਬਿਲਕੁਲ ਬਿਲਕੁਲ ਭਾਜੀ, ਉਹਨਾਂ ਨੇ ਦੱਸਿਆ ਘਰ ਦਾ ਲੰਚ ਹੈ, ਘਰੋਂ ਬਣ ਕੇ ਆਉਂਦਾ ਹੈ। ਬਿਲਕੁਲ ਕੋਈ ਆਂਟੀ ਹੈਗੇ ਉਹਨਾਂ ਦੇ ਘਰੋਂ ਆਉਂਦਾ, ਚੈੱਕ ਕਰਦੇ ਹਾਂ ਜੀ। ਭਾਈ ਲੇਬਰ ਚਾਰਜਸ ਬਾਰੇ ਕੀ ਕਹਿਣਾ ਚਾਹੁੰਦੇ? ਲੇਬਰ ਚਾਰਜਸ ਹੁਣ ਠੀਕ ਕਰਦੇ ਭਾਜੀ ਨੇ, ਪਹਿਲਾਂ 2400 ਰੁਪਏ ਲੇਬਰ ਚਾਰਜ ਦੱਸੇ ਸੀ, ਹੁਣ ਫਰਕ ਪਾਤਾ ਨਾ 15% ਨਾਲ ਫਰਕ ਪਾਤਾ ਭਾਜੀ ਨੇ। ਚਲੋ ਗੁੱਡ, ਹੁਣ ਠੀਕ ਲੱਗ ਰਿਹਾ ਕੁਛ। 5000 ਤੋਂ ਥੱਲੇ ਆ ਗਈ ਨਾ ਅਮਾਊਂਟ, ਹੁਣ ਥੋੜ੍ਹਾ ਦੇਖਣ 'ਚ ਸੁਣਨ 'ਚ ਵੀ ਅੱਛੀ ਲੱਗ ਰਹੀ ਹੈ। 5000 ਥੋੜ੍ਹਾ ਜ਼ਿਆਦਾ ਲੱਗ ਰਿਹਾ। ਹਾਂ ਜ਼ਿਆਦਾ ਲੱਗ ਰਿਹਾ। ਅੱਛਾ ਇਹਨਾਂ ਦੀ ਇੱਕ ਗੱਡੀ ਆ ਰਹੀ ਹੈ ਭਾਈ ਜੀ, ਪਹਿਲਾਂ ਤੁਹਾਨੂੰ ਪਹਿਲਾਂ ਹੀ ਵਧਾਈਆਂ ਦੇ ਦਈਆਂ ਸੀ ਨਵੀਂ ਗੱਡੀ ਦੀਆਂ, ਅਤੇ ਬਾਕੀ ਪਤਾ ਨਹੀਂ ਅਸੀਂ ਲੈਣੀ ਕਿ ਨਹੀਂ ਲੈਣੀ। ਅਤੇ ਆ ਜੀ ਇਹਨਾਂ ਦਾ ਜਿੱਥੇ ਇੱਕ ਰਿਸੈਪਸ਼ਨ ਏਰੀਆ ਜਿੱਥੋਂ ਸਰਵਿਸ ਵਾਲਾ ਕੰਮ ਹੁੰਦਾ, ਪਿਛਲੇ ਪਾਸੇ ਉੱਧਰ ਗੱਡੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਸਰਵਿਸ ਹੁੰਦੀਆਂ ਨੇ, ਅਤੇ ਇੱਧਰਲੇ ਪਾਸੇ ਇਹਨਾਂ ਦੀਆਂ ਨਵੀਆਂ ਗੱਡੀਆਂ ਸੇਲ ਹੁੰਦੀਆਂ ਨੇ, ਨਾਲ ਕੌਫੀ ਬਣ ਕੇ ਆਉਂਦੀ ਇਹਨਾਂ ਦੀ ਬੜੀ ਕਮਾਲ ਦੀ। ਅਤੇ ਹੁਣ ਜਦੋਂ ਸਾਡਾ ਲੰਚ ਆਊਗਾ ਉਦੋਂ ਬਾਕੀ ਤਾਂ ਅਸੀਂ ਉਦੋਂ ਵੀਡੀਓ ਬਣਾਉਂਗੇ। ਕਿਉਂ ਬਾਈ ਜੀ, ਲੰਚ ਵੀ ਦੱਸਾਂਗੇ ਕਿਵੇਂ? ਲੰਚ ਦੇਖਣਾ ਆਪਾਂਗੇ। ਹਾਂ ਜੀ ਲਓ ਜੀ ਆ ਗਿਆ ਜੀ ਸਾਡਾ, ਆਹ ਸਾਡਾ ਲੰਚ ਆ ਗਿਆ ਜੀ, ਡੱਬੇ ਬੜੇ ਨੀਲੇ ਨੀਲੇ ਲੈ ਕੇ ਬਾਈ। ਵਧੀਆ ਜੀ, ਪੂਰਾ ਇੱਕਦਮ ਜਿੱਦਾਂ ਇਹਨਾਂ ਨੇ ਕਿਹਾ ਸੀ ਘਰ 'ਚ ਬਣਿਆ ਉੱਦਾਂ ਹੀ ਡੱਬਿਆਂ ਦੇ ਵਿੱਚ ਆਇਆ, ਟਿਫਿਨ ਬਾਕਸਸ ਦੇ ਵਿੱਚ ਆਇਆ ਲੰਚ। ਦੇਖਦੇ ਖੋਲ ਕੇ ਇਹਨੂੰ ਕੀ ਹੈਗਾ ਲੰਚ। ਚਲੋ ਜੀ ਸ਼ੁਰੂ ਕਰੀਏ। ਆ ਦੋ ਇੱਥੇ ਹੋਰ ਵੀ ਪਿਆ, ਭੁਜਾ ਵੀ ਪਿਆ ਇਹਦੇ ਵਿੱਚ, ਤੇ ਨਾਲ ਬਿਸਕਟ ਪਏ ਆ। ਕਿਆ ਬਾਤ, ਬਿਸਕਟ ਤਾਂ ਹੋਈ ਆ। ਤੇ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਜੀ ਇਹ ਸੈਲਡ ਆ ਛੋਟਾ ਥੋੜਾ ਜਿਹਾ। 5 ਖੀਰੇ ਦੇ ਪੀਸ, ਫਿਰ ਆ ਰੋਟੀ ਹੋਣੀ ਹੈ। ਹਾਂਜੀ ਆ ਨਿਕਲਿਆ ਜੀ, ਜਿੱਦਾਂ ਬਿਲਕੁਲ ਆਪਾਂ ਲੰਚ ਬਾਕਸ ਲੈ ਕੇ ਜਾਈਦਾ ਆਪਣਾ ਵੀ ਸਕੂਲਾਂ ਦੇ ਵਿੱਚ ਆ ਜਾਈਦਾ। ਰਾਈਸ ਹੈ, ਰਾਈਸ ਆ ਗਿਆ। ਚਲੋ ਅੱਗੇ ਭਿੰਡੀ ਦੀ ਸਬਜ਼ੀ ਆ ਗਈ, ਇੱਕ ਡਰਾਈ ਤੇ ਨਾਲ ਇਹਦੇ ਟੇਬਲ ਨਾਲ ਆ ਚਿੰਗੇ ਦਾਲ ਜਾਂ ਰਾਜਮਾ, ਰਾਜਮਾ ਦੀ ਦਾਲ ਆਈ ਥਿੰਕ ਰਾਜਮਾ। ਹਾਂਜੀ ਰਾਜਮਾ ਤੇ ਤੇਰੇ ਫੇਵਰਿਟ ਆ ਨਾ? ਵੈਸੇ ਮੇਰੇ ਦਾ ਫੇਵਰਿਟ ਆ ਜੀ ਰਾਜਮਾ ਰਾਈਸ, ਵੈਜੀਟੇਰੀਅਨ ਖਾਣੇ ਦੇ ਵਿੱਚ ਰਾਜਮਾ ਰਾਈਸ ਫੇਵਰਿਟ। ਖੋਲੋ ਇਹਨੂੰ, ਚਲਿਏ ਫਿਰ ਟੱਕੜ ਗੱਲ ਰੱਖਣਾ ਨੂੰ ਕਰੀਏ ਸਟਾਰਟ। ਹੋਰ ਭਾਈ, ਤੇ ਸੋ ਸਾਡਾ ਲੰਚ ਆ ਗਿਆ ਭਾਈ, ਹੁਣ ਅਸੀਂ ਲੰਚ ਖਾ ਕੇ ਦੱਸਦੇ ਹਾਂ ਤੁਹਾਨੂੰ ਵੀ ਕਿੰਨਾ ਕੁ ਟੇਸਟੀ ਇੱਥੇ ਦਾ ਹੁੰਡਾ ਸਰਵਿਸ ਵਾਲਿਆਂ ਦਾ, ਕਿਉਂਕਿ ਇਹ ਪਤੰਦਰ ਨੂੰ ਅੱਜ ਹੀ ਤੰਗ ਕੀਤਾ ਪਹਿਲੀ ਵਾਰੀ ਅਸੀਂ, ਇਹਦਾ ਸਾਨੂੰ ਲੁੱਟਦੇ ਰਹਿੰਦੇ ਆ ਹੈ ਨਾ। ਹਾਂਜੀ ਆਜ ਬਾਈ ਹੁਣੀ ਬੈਠੇ ਨੇ, ਇਹ ਵੀ ਬਾਈ ਹੁਣੀ ਸਰਵਿਸ ਕਰਵਾਉਣਾ ਆਏ ਨੇ। ਬਾਈ ਸਰਵਿਸ ਕਰਵਾਉਣਾ ਆਏ ਹੋ ਤੇ ਤੁਸੀਂ ਲੰਚ ਨਹੀਂ ਮੰਗਾਇਆ? ਅਸੀਂ ਲੰਚ ਕਰਕੇ ਆਏ ਨਾ ਘਰ। ਅੱਛਾ ਤੁਸੀਂ ਹੁਣੀ ਆਏ ਲੱਗਦੇ ਨਹੀਂ ਪਹਿਲਾਂ ਸਵੇਰ ਤੇ ਮੰਗਾਇਆ ਕਰੋ ਯਾਰ, ਇਹ ਪਤੰਦਰ ਆਪਣੇ ਕੋਲ ਡਿਸਕਾਊਂਟ ਕਰ ਦੇ ਹੈਗੀ ਭਾਜੀ ਹੈ ਨਾ, ਸਾਡੇ ਤੋਂ ਪੈਸੇ ਲੈ ਕੇ ਸਾਨੂੰ ਸਰ ਤੇ ਆ ਲਾਉਂ ਜਾਂ ਇਹਨਾਂ ਦਾ
ਤੇ ਆ ਟੀਵੀ ਲੱਗਾ ਹੋਇਆ ਇੱਥੇ ਆ ਪਿੱਛੇ ਗੱਡੀਆਂ ਸਰਵਿਸ ਦੇਖ ਸਕਦੇ ਹੋ ਉਹ ਪਿੱਛੇ ਗੱਡੀ ਆਪਣੀ ਟੰਗੀ ਹੋਈ ਉੱਪਰ ਇਹਨਾਂ ਨੇ ਤੇ ਆ ਦੇਖੋ ਜੀ ਆ ਗਿਆ ਨਾ ਪਾਣੀ ਕਿਆ ਬਾਤ ਹੈ ਵਾਹ ਜੀ ਵਾਹ ਤੁਹਾਡਾ ਕੀ ਨਾਮ ਹੈ ਥੈਂਕ ਯੂ ਤੇ ਚਲੋ ਭਾਈ ਟੇਸਟ ਕਰੀ ਹੁਣ ਟੇਸਟ ਕਰਕੇ ਦੱਸੋ ਟੇਸਟਿੰਗ ਤੁਸੀਂ ਕਰੋਗੇ ਪਹਿਲਾਂ ਪਾਪਾ ਰਾਜਮਾ ਚਾਵਲ ਟੇਸਟ ਕਰਨੇ ਪਹਿਲਾਂ ਆਪਣੀ ਫੇਵਰੇਟ ਬਿਲਕੁਲ ਘਰ ਵਰਗੀ ਹੈ ਜੀ ਓਕੇ ਬਿਲਕੁਲ ਵਧੀਆ ਵਧੀਆ ਤੇ ਸੋ ਜਦੋਂ ਵੀ ਜਿਹੜਾ ਵੀ ਬੰਦਾ ਹੋਂਡਾ ਉਹ ਸ਼ੋਰੂਮ ਦਾ ਸਰਵਿਸ ਕਰਾਉਣ ਆਵੇ ਲੇਟ ਆਵੇ ਤੇ ਉਹ ਇੱਥੇ ਆਪਣਾ ਲੰਚ ਆਰਡਰ ਕਰੇ ਕਵੇ ਉਹਨਾਂ ਨੂੰ ਸਾਨੂੰ ਲੰਚ ਖਿਲਾਓ ਅਤੇ ਉਹ ਲੰਚ ਖਿਲਾਉਣਗੇ ਤੁਹਾਨੂੰ ਆਹ ਦੇਖ ਲਓ ਐਵੇਂ ਦਾ ਲੰਚ ਮਿਲਦਾ ਤੇ ਅਤੇ ਵਧੀਆ ਮਤਲਬ ਐਨ ਪਿਓਰ ਫੈਮਲੀ ਵਾਂਗੂ ਇੱਥੇ 500 ਰੁਪਏ ਖਰਚਣ ਨਾਲੋਂ ਚੰਗਾ ਤੁਸੀਂ ਇੱਥੇ ਲੰਚ ਕਰ ਲਓ ਸੋ ਸਾਡਾ ਹੋ ਗਿਆ ਜੀ ਲੰਚ ਫਿਨਿਸ਼ ਉੱਧਰ ਬਾਈ ਬੈਗ ਆਪਣੇ ਫੋਨ 'ਤੇ ਅਤੇ ਉੱਧਰ ਗੱਡੀ ਫਾਡੀ ਲਗਭਗ ਅਜੇ ਉੱਪਰ ਟੰਗੀ ਹੋਈ ਆ ਅਤੇ ਸ਼ਾਇਦ ਜਲਦੀ ਉਹ ਚੱਲ ਪੇਗੀ ਅਤੇ ਹੁਣ ਅਸੀਂ ਇੱਥੋਂ ਅੱਗੇ ਬਾਈ ਡਿਲੀਵਰੀ ਲੈ ਕੇ ਤਾਂ ਅੱਗੇ ਹੋਰ ਪਾਸੇ ਚਲੀਏ ਕਿਉਂਕਿ ਉਸ ਤੋਂ ਬਾਅਦ ਕੱਲ੍ਹ ਹੀ ਨਿਕਲਣਾ ਆ ਉੱਤਰਾਖੰਡ ਨੂੰ ਅਤੇ ਉੱਤਰਾਖੰਡ ਦੇ ਵਿੱਚ ਤੁਹਾਨੂੰ ਕੁਛ ਖਾਣ ਪੀਣ ਨੂੰ ਵਧੀਆ ਚੀਜ਼ਾਂ ਦਿਖਾਵਾਂਗੇ ਵਧੀਆ ਬਲੌਗ ਦਿਖਾਵਾਂਗੇ ਵਧੀਆ ਕੁਛ ਦਿਖਾਉਂਦੇ ਤੁਹਾਨੂੰ ਅਤੇ ਸੋ ਥੈਂਕ ਯੂ ਸੋ ਮਚ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ